ਅੱਜ ਦੀ ਖਬਰ ਇੰਟਰਨੈਸ਼ਨਲ ਸਟੂਡੈਂਟ ਵਰਕ ਪਰਮਿਟ ਐਕਸਪ੍ਰੈਸ ਐਂਟਰੀ ਜਾਂ ਫਿਰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਜਿੰਨਾ ਵੀ ਕੈਂਡੀਡੇਟਸ ਨੇ ਅਪਲਾਈ ਕਰਨਾ ਹੈ ਉਹਨਾਂ ਲਈ ਬਹੁਤ ਜ਼ਰੂਰੀ ਹੈ ਅੱਜ ਦੀ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਪਰ ਐਂਡ ਤੱਕ ਜ਼ਰੂਰ ਸੁਣਨਾ ਬਹੁਤ ਜ਼ਿਆਦਾ ਯੂਸਫੁਲ ਵੀਡੀਓ ਹੈ ਅੱਜ ਤੁਹਾਨੂੰ ਦੱਸਾਂਗੇ ਕੈਨੇਡਾ ਦੇ ਕਿਸ ਪ੍ਰੋਵਿੰਸ ਵੱਲੋਂ ਮਹਾਮਾਰੀ ਦੇ ਸਮੇਂ ਵਿੱਚ ਲੇਬਰ ਜੋਬਸ ਹੈਲਥ케ਅਰ ਇੰਜੀਨੀਅਰਸ ਤੇ ਹੋਰ ਸਾਰੇ ਫੀਲਡ ਵਿੱਚ ਪ੍ਰਵਾਸੀਆਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਅਪਲਾਈ ਕਰਨ ਲਈ ਕਿਹਾ ਹੈ ਤਾਂ ਕਿ ਉਹਨਾਂ ਨੂੰ ਕੈਨੇਡੀਅਨ ਪਰਮਨੈਂਟ ਰੈਜ਼ਿਡੈਂਸੀ ਮਿਲ ਸਕੇ ਤੇ ਅੱਗੇ ਤੁਹਾਨੂੰ ਵਿਸਤਾਰ ਵਿੱਚ ਦੱਸਦੇ ਹਾਂ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲੇ ਕਿਵੇਂ ਅਪਲਾਈ ਕਰ ਸਕਦੇ ਹਨ ਅਤੇ ਪ੍ਰਵਾਸੀ ਇਸ ਪ੍ਰੋਗਰਾਮ ਰਾਹੀਂ ਕਿਵੇਂ ਕੈਨੇਡਾ ਆ ਸਕਦੇ ਹਨ ਤੇ ਕਿੰਨੀ ਬੈਂਡ ਰਿਕੁਆਇਰਮੈਂਟ ਹੈ ਕਿਹੜੀ ਪੜ੍ਹਾਈ ਚਾਹੀਦੀ ਹੈ ਤੇ ਕਿਹੜਾ ਐਕਸਪੀਰੀਅੰਸ ਚਾਹੀਦਾ ਹੈ ਤੇ ਖਾਸ ਗੱਲ ਇਸ ਵਿੱਚ ਇਹ ਵੀ ਹੈ ਕਿ ਇਸ ਲਈ ਲੇਬਰ ਜੌਬਸ ਵੀ ਹਨ ਸਸ਼੍ਰੀ ਕਾਲ ਪੰਜਾਬੀ ਵਿਦੇਸ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਕਮਲਪ੍ਰੀਤ ਕੌਰ ਹਾਜ਼ਰ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਲੈ ਕੇ ਹਰ ਦੇਸ਼ ਦੀਆਂ ਇਮੀਗ੍ਰੇਸ਼ਨ ਸੰਬੰਧਿਤ ਸਹੀ ਤੇ ਤਾਜ਼ਾ ਖਬਰਾਂ ਦੇਖਣ ਲਈ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਨੀਚੇ ਦਿੱਤੇ ਰੈੱਡ ਬਟਨ ਤੇ ਕਲਿੱਕ ਕਰੋ ਤੇ ਨਾਲ ਹੀ ਬੈਲ ਆਈਕਨ ਬਟਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਲਡਰਸ ਇਸ ਲਈ ਕਿਵੇਂ ਅਪਲਾਈ ਕਰ ਸਕਦੇ ਹਨ ਤੇ ਉਹਨਾਂ ਲਈ ਕੀ ਕੀ ਹਦਾਇਤਾਂ ਹਨ ਨਿਊ ਬ੍ਰੈਂਜ਼ਵਿਕ ਵੱਲੋਂ ਨਿਊ ਬ੍ਰੈਂਜ਼ਵਿਕ ਸਕਿਲਡ ਵਰਕਰ ਸਟ੍ਰੀਮ ਰਾਹੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਲਡਰਸ ਦੀਆਂ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਲਡਰ ਐਨਓਸੀ ਸਕਿਲ ਲੈਵਲ ਡੀ ਵਿੱਚ ਕੰਮ ਕਰਦੇ ਹਨ ਐਨਓਸੀ ਡੀ ਵਿੱਚ ਕਾਲ ਫੋਰ ਔਨ ਦਾ ਜੌਬ ਟ੍ਰੇਨਿੰਗ ਫਰੂਟ ਪਿਕਰਸ ਕਲੀਨਿੰਗ ਸਟਾਫ ਅਤੇ ਆਇਲਡ ਫੀਲਡ ਵਰਕਰ ਆਉਂਦੇ ਹਨ ਤੇ ਹੋਰ ਵੀ ਕੁਝ ਕੰਮ ਹਨ ਜੋ ਕਿ ਵੈਬਸਾਈਟ ਤੇ ਜਾ ਕੇ ਤੁਸੀਂ ਡਿਟੇਲ ਵਿੱਚ ਚੈੱਕ ਕਰ ਸਕਦੇ ਹੋ ਅਸੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਵੀ ਸਾਰੇ ਲਿੰਕ ਦਵਾਂਗੇ ਜਿਹੜੇ ਟੈਂਪੋਰਰੀ ਵਰਕਰਸ ਇਨ੍ਹਾਂ ਅਕੁਪੇਸ਼ਨਸ ਵਿੱਚ ਕੰਮ ਕਰ ਰਹੇ ਹਨ ਉਹ ਵੀ ਨਿਊ ਬ੍ਰੈਂਜ਼ਵਿਕ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਲਈ 30 ਅਪ੍ਰੈਲ 2021 ਤੱਕ ਅਪਲਾਈ ਕਰ ਸਕਦੇ ਹਨ ਟੈਂਪਰਰੀ ਵਰਕਰਸ ਲਈ ਕੁਝ ਹਦਾਇਤਾਂ ਰੱਖੀਆਂ ਗਈਆਂ ਹਨ ਜੋ ਕੁਝ ਇਸ ਤਰ੍ਹਾਂ ਹਨ ਸਭ ਤੋਂ ਪਹਿਲਾਂ ਤੁਸੀਂ ਨਿਊ ਬ੍ਰੈਂਜ਼ਵਿਕ ਸਕਿਲਡ ਵਰਕਰ ਸਟ੍ਰੀਮ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਕਰਦੇ ਹੋਵੋ ਦੂਜਾ ਤੁਸੀਂ ਨਿਊ ਬ੍ਰੈਂਜ਼ਵਿਕ ਦੇ ਡੈਜ਼ਿਗਨੇਟਿਡ ਪੋਸਟ ਸਕੰਡਰੀ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਕੀਤੀ ਹੋਵੇ ਤੀਜਾ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਣਾ ਚਾਹੀਦਾ ਹੈ ਜੋ ਕਿ ਨਿਊ ਬ੍ਰੈਂਜ਼ਵਿਕ ਇੰਸਟੀਚਿਊਸ਼ਨ ਵੱਲੋਂ ਮਿਲਿਆ ਹੋਵੇ ਹੁਣ ਗੱਲ ਕਰਦੇ ਹਾਂ ਕਿ ਨਿਊ ਬ੍ਰੈਂਜ਼ਵਿਕ ਸਕਿਲਡ ਵਰਕਰ स्ट्रीम प्रवासियों ਲਈ ਵੀ ఓపెਨ ਹੈ چاہے ਪ੍ਰਵਾਸੀ ਕੈਨੇਡਾ ਵਿੱਚ ਹੋਵੇ ਜਾਂ ਕੈਨੇਡਾ ਤੋਂ ਬਾਹਰ ਜਿਨ੍ਹਾਂ ਕੋਲ ਪ੍ਰਵਿੰਸ ਤੋਂ ਫੁੱਲ ਟਾਈਮ ਜਾਂ 1 ਸਾਲ ਲਈ ਜੋਬ ਆਫਰ ਲੈਟਰ ਹੈ ਉਹ ਅਪਲਾਈ ਕਰ ਸਕਦੇ ਹਨ ਤੁਸੀਂ ਪੋਜੀਸ਼ਨ ਲਈ ਯੋਗਤਾ ਰੱਖਦੇ ਹੋਵੋ ਤੇ ਨਾਲ ਹੀ ਦੱਸਿਆ ਗਿਆ ਕਿ ਤੁਸੀਂ ਪੋਜੀਸ਼ਨ ਲਈ ਯੋਗਤਾ ਰੱਖਦੇ ਹੋਵੋ ਤੇ এমপ্লয়ার ਤੁਹਾਡੀ ਐਪਲੀਕੇਸ਼ਨ ਨੂੰ ਸਪੋਰਟ ਕਰਦਾ ਹੋਵੇ ਜੇ ਤੁਸੀਂ ਰੈਗੂਲੇਟਡ ਓਕੂਪੇਸ਼ਨ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਡੇ ਕੋਲ ਸਰਟੀਫਿਕੇਸ਼ਨ ਜਾਂ ਲਾਇਸੈਂਸ ਹੋਣਾ ਚਾਹੀਦਾ ਹੈ ਅਥਾਰਟੀ ਤੋਂ ਤੇ ਇਹ ਰੈਗੂਲੇਟਡ ਓਕੂਪੇਸ਼ਨ ਵਿੱਚ ਸੋਸ਼ਲ ਵਰਕਰ ਰੀਅਲ ਅਸਟੇਟ ਏਜੰਟਸ ਨਰਸਿਸ ਇੰਜੀਨੀਅਰ ਡਾਕਟਰਸ ਆਰਕੀਟੈਕਟਸ ਅਤੇ ਹੋਰ ਬਹੁਤ ਸਾਰੇ ਫੀਲਡ ਹਨ ਜਿਨ੍ਹਾਂ ਦੀ ਲਿਸਟ ਨਿਊ ਬ੍ਰਿੰਸਵਿਕ ਵੈਬਸਾਈਟ ਤੇ ਦਿੱਤੀ ਗਈ ਹੈ ਅਤੇ ਨਾਲ ਹੀ ਹਰ ਫੀਲਡ ਦੇ ਨਾਲ ਵੈਬਸਾਈਟ ਵੀ ਦੱਸੀ ਗਈ ਹੈ ਜਿਸ ਤੇ ਦੱਸਿਆ ਗਿਆ ਹੈ ਕਿ ਤੁਸੀਂ ਸਰਟੀਫਿਕੇਸ਼ਨ ਕਿਵੇਂ ਲੈ ਸਕਦੇ ਹੋ ਜੇ ਤੁਸੀਂ ਨਿਊ ਬ੍ਰਿੰਸਵਿਕ ਸਕਿਲਡ ਵਰਕਰ ਸਟ੍ਰੀਮ ਲਈ ਯੋਗਤਾ ਰੱਖਦੇ ਹੋ ਤਾਂ ਤੁਹਾਨੂੰ ਉਮਰ ਲੈਂਗੁਏਜ ਟੈਸਟ ਪੜਾਈ ਵਰਕ ਐਕਸਪੀਰੀਅੰਸ ਦੇ ਆਧਾਰ ਤੇ ਪੁਆਇੰਟ ਦਿੱਤੇ ਜਾਣਗੇ ਇਸ ਸਟ੍ਰੀਮ ਲਈ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲੈਣ ਲਈ ਤੁਹਾਨੂੰ 60 ਪੁਆਇੰਟ ਚਾਹੀਦੇ ਹਨ 100 ਪੁਆਇੰਟਸ ਦੇ ਵਿੱਚੋਂ ਤੇ ਇਸ ਲਈ ਰਿਕੁਆਇਰਮੈਂਟਸ ਕੁਝ ਇਸ ਤਰ੍ਹਾਂ ਹਨ ਤੁਹਾਡੀ ਉਮਰ 19 ਸਾਲਾਂ ਤੋਂ ਲੈ ਕੇ 55 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਤੁਹਾਡੇ ਇੰਗਲਿਸ਼ ਜਾਂ ਫ੍ਰੈਂਚ ਟੈਸਟ ਵਿੱਚੋਂ ਘੱਟੋ-ਘੱਟ 4 ਬੈਂਡ ਹੋਣੇ ਚਾਹੀਦੇ ਹਨ ਤੇ ਘੱਟੋ-ਘੱਟ ਹਾਈ ਸਕੂਲ ਡਿਪਲੋਮਾ ਹੋਣਾ ਚਾਹੀਦਾ ਹੈ ਤੇ 1 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ ਜਿਹੜੇ ਕੈਂਡੀਡੇਟ ਕੋਲ ਬਿਜ਼ਨਸ ਸਰਵਿਸ ਸੈਂਟਰਸ ਐਜੂਕੇਸ਼ਨ ਹੈਲਥ케ਅਰ ਮੈਨੂਫੈਕਚਰਿੰਗ ਜਾਂ ਫਿਰ ਟਰਾਂਸਪੋਰਟੇਸ਼ਨ ਵਿੱਚ ਐਕਸਪੀਰੀਅੰਸ ਹੈ ਉਹਨਾਂ ਨੂੰ ਅਵਾਰਡ ਪੁਆਇੰਟਸ ਦਿੱਤੇ ਜਾਣਗੇ ਜੀ ਤੁਹਾਡਾ ਪ੍ਰੋਵਿੰਸ ਵਿੱਚ ਹੋਰ ਕੋਈ ਵੀ ਕਨੈਕਸ਼ਨ ਹੈ ਤਾਂ ਉਸਦੇ ਵੀ ਤੁਹਾਨੂੰ ਹੋਰ ਪੁਆਇੰਟਸ ਦਿੱਤੇ ਜਾਣਗੇ ਜੇ ਤੁਸੀਂ ਵੀਡੀਓ ਵਿੱਚ ਦੱਸੀ ਗਈ ਖਬਰ ਬਾਰੇ ਹੋਰ ਡਿਟੇਲ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਦੇਸਕ੍ਰਿਪਸ਼ਨ ਵਿੱਚ ਹਰ ਲਿੰਕ ਦਿੱਤਾ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਕਿਹੜੇ ਰੈਗੂਲੇਟਡ ਓਕੂਪੇਸ਼ਨ ਹੈ ਉਹਨਾਂ ਦੀ ਪੀਡੀਐਫ ਵੀ ਅਸੀਂ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੇ ਉਸ ਤੇ ਕਲਿੱਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਲਈ ਤੁਸੀਂ ਆਪਣੇ ਸਕੋਰ ਕਿਵੇਂ ਚੈੱਕ ਕਰ ਸਕਦੇ ਹੋ ਉਸ ਦਾ ਲਿੰਕ ਵੀ ਅਸੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦੇਵਾਂਗੇ ਤੇ ਇਹ ਸਾਰੇ ਦਿੱਤੇ ਗਏ ਲਿੰਕ ਨਿਊ ਬ੍ਰਿੰਸਵਿਕ ਦੀ ਵੈੱਬਸਾਈਟ ਤੇ ਵੀ ਹਨ ਤੁਸੀਂ ਉੱਥੋਂ ਜਾ ਕੇ ਵੀ ਡਾਇਰੈਕਟਲੀ ਚੈੱਕ ਕਰ ਸਕਦੇ ਹੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਜੇ ਤੁਸੀਂ ਹੋਰ ਵਿਦੇਸ਼ ਦੀਆਂ ਤਾਜ਼ਾ ਤੇ ਮਤਲਬਪੂਰਨ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਹੀ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਮੈਨੂੰ ਦਿਓ ਇਜਾਜ਼ਤ ਸ਼ਸ਼੍ਰੀ ਅਕਾਲ